मैनू कहिंदी खड़ो एक मिनट अंदर गई अलमारी चो पता नहीं पांच सत फाइलां लिया के मेरे मुंह ते मारियां मैं क्या आ की है कहिंदी जिहड़े लखां दे बीमे कराए ने उहनां दी पॉलिसियां की फायदा इहनां दा जे कम ना आईआं जरा निकलो बाहर चंगी गल्ल उहदे लई है चलो डैडी लड़िया ना करो ऐवें जे मम्मी बाहर कहिंदी सी लाई आउणा सी कदा केड़ा सवा महीना हो गया तुहानूं शेरे वाली दी वांगू अंदर बैठे नूं चुप चाप शेरे वाली दी वी दसदा अगे लाया आउणा सी गेड़ा बाहर कैप्टन साहब ने अजे कल स्टेटमेंट दित्ती आ कि भाई अपना ध्यान आप रखो मैं तां करसू चक दूं जे कल नूं बाहर जाके तुसीं चक्केगे मेरी कोई जिम्मेवारी नहीं मैं पार्क दे विच सैर करां मैं इधरों आ रहा उधर पटड़ी दे एक निक्का जिहा 3 साल दा बच्चा नाल उहदी मां ਉਹ ਦੋਨੋਂ ਤੁਰੇ ਆ ਰਿਹਾ ਮੈਂ ਵੀ ਦੇਖ ਲਿਆ ਵੀ ਦੋਨੋਂ ਤੁਰੇ ਆ ਰਿਹਾ ਮਾਂ ਆਪਣੇ ਬੱਚੇ ਦੇ ਕੰਨ ਦੇ ਵਿੱਚ ਕੁਸਰ ਫੁਸਰ ਕਰ ਰਹੀ ਆ ਵੀ ਟੀਵੀ ਵਾਲੇ ਅੰਕਲ ਆ ਰਿਹਾ ਬੇਟਾ ਜਦੋਂ ਆਉਣਗੇ ਵਿਸ਼ ਕਰਿਓ ਮੈਂ ਕੋਲ ਦੀ ਨਿਕਲਿਆ ਜਦੋਂ ਆਉਣ ਲੱਗਿਆ ਨਿੱਕਾ ਜਿਹਾ ਬੱਚਾ 2.5-3 ਸਾਲ ਦਾ ਮੈਨੂੰ ਪਤਾ ਕੀ ਕਹਿੰਦਾ ਭੱਲੇ ਸਤਿ ਸ੍ਰੀ ਅਕਾਲ ਮੈਂ ਉਹਦੇ ਮੂੰਹ ਵੱਲ ਦੇਖਾਂ ਵੀ ਯਾਰ ਸਾਲਾ ਜੰਮਿਆ ਹੈ ਨਹੀਂ ਅਜੇ ਮੇਰਾ ਨਾਂ ਲੈ ਰਿਹਾ ਪਰ ਮੈਨੂੰ ਉਹਦੇ ਪਿਆਰ 'ਤੇ ਬਹੁਤ ਪਿਆਰ ਆਇਆ ਵੀ ਬੱਚਾ ਫਿਰ ਕੀ ਅਜੇ ਮੇਰਾ ਨਾਂ ਲੈ ਲਿਆ ਪਰ ਉਹਦੀ ਮਾਂ ਬਹੁਤ ਇੰਬੈਰਸ ਹੋਈ ਥੋੜ੍ਹਾ ਜਿਹਾ ਮੈਂ ਵੀ ਹੋਇਆ ਮੈਨੂੰ ਕਹਿੰਦੀ ਸਰ ਤੁਸੀਂ ਮਾਇੰਡ ਨਾ ਕਰਿਓ ਬੱਚੇ ਜਿੱਦਾਂ ਦਾ ਟੈਲੀਵਿਜ਼ਨ 'ਚ ਨਾਂ ਸੁਣਦੇ ਰਹਿੰਦੇ ਆ ਭੱਲਾ ਗਿਆ ਉਹਨੇ ਉੱਦਾਂ ਕਹਿਤਾ ਤੁਸੀਂ ਗੁੱਸਾ ਨਾ ਕਰਿਓ ਮੈਂ ਕਿਹਾ ਜੀ ਗੁੱਸਾ ਕੀ ਕਰਨਾ ਮੈਂ ਸੈਰ ਕਰਕੇ ਉੱਧਰ ਦੀ ਚਲਾ ਗਿਆ ਉਹ ਇੱਧਰ ਦੀ ਆ ਗਈ ਉਹਨੇ ਉਹਨੂੰ ਘੂਰਿਆ ਉਹਨੂੰ ਜਾ ਕੇ ਕਿਹਾ ਤੈਨੂੰ ਸੰਗ ਨਹੀਂ ਹੋਈ ਕਿੱਡੀ ਉਹਦੀ ਉਮਰ ਆ ਤੇ ਤੂੰ ਕਿੱਦਾਂ ਵੱਡਾ ਤੇਰੇ ਪਾਪਾ ਜਿੱਦਾਂ ਤੈਨੂੰ ਸ਼ਰਮ ਨਹੀਂ ਉਹਦਾ ਨਾਂ ਲੈਣ ਲੱਗਿਆ ਸੀ ਤੂੰ ਉਹਨੂੰ ਸੌਰੀ ਫੀਲ ਕਰੀ ਜਦੋਂ ਮੈਂ ਕੋਲ ਦੀ ਅਗਲੀ ਵਾਰੀ ਫਿਰ ਨਿਕਲਣ ਲੱਗਿਆ ਮੈਨੂੰ ਕਹਿੰਦਾ ਭੱਲੇ ਸੌਰੀ ਬਸ